ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਤੀਪੁਰਾ ਵਾਸੀਆਂ ਦੀ। ਜੀ ਹਾਂ, ਤੁਹਾਨੂੰ ਦੱਸ ਦਈਏ ਇੱਕ ਲਤੀਪੁਰਾ ਵਾਸੀ ਅੱਜ ਰਾਜਪਾਲ ਨੂੰ ਮਿਲਣ ਲਈ ਜਾ ਰਹੇ ਸੀ ਕਿ ਰਾਸਤੇ ਵਿੱਚ ਪੁਲਿਸ ਨੇ ਉਹਨਾਂ ਨਾਲ ਧੱਕਾ ਮੁੱਕੀ ਕੀਤੀ, ਜਿਸ ਦੇ ਚੱਲਦੇ ਬਜ਼ੁਰਗਾਂ ਦੇ ਸੱਟਾਂ ਵੱਜੀਆਂ। ਸਿਰਫ ਇੰਨਾ ਹੀ ਨਹੀਂ ਬਲਕਿ ਇਹਨਾਂ ਲਾਈਵ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬਜ਼ੁਰਗਾਂ ਦੀਆਂ ਪੱਗਾਂ ਵੀ ਲੱਥ ਗਈਆਂ ਨੇ। ਜੇਕਰ ਦੇਖਿਆ ਜਾਵੇ, ਅੱਜ ਇੱਕ ਪਾਸੇ ਤਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਤੇ ਦੂਜੇ ਪਾਸੇ ਆਪਣਾ ਹੱਕ ਲੈਣ ਲਈ ਬਜ਼ੁਰਗਾਂ ਨਾਲ ਕਿਸ ਤਰੀਕੇ ਨਾਲ ਧੱਕਾ ਹੋ ਰਿਹਾ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਨਾਲ ਬਜ਼ੁਰਗ ਸੜਕ ਤੇ ਨੀਚੇ ਪਏ ਨੇ ਤੇ ਆਪਣੇ ਇਨਸਾਫ਼ ਦੀ ਮੰਗ ਕਰ ਰਹੇ ਨੇ। ਸਰਕਾਰੀ ਗੁੰਡੇ ਪ੍ਰਦਰਸ਼ਨ ਕਰਨ ਲਈ ਪ੍ਰਦਰਸ਼ਨ ਕਰਨ ਲਈ